ਯਾਮ ਬਣਾਏਂਗੇ ਚਿਪਸ ਔਰ ਚਿਪਸ ਕੇ ਸਾਥ ਇੰਜੋਏ ਕਰੇਂਗੇ ਬਾਰਿਸ਼ ਵਾਲਾ ਮੌਸਮ। ਸਹੀ ਤਰ੍ਹਾਂ ਨਾਲ ਮਿੱਟੀ ਲਾਉਣੀ ਹੈ ਠੀਕ ਹੈ ਕਿ ਉਹ ਮਾਸ਼ਾਅੱਲਾ ਸਹੀ ਗਰਮ ਹੋ ਗਿਆ ਤਾਂ ਅਭੀ ਹਮ ਆਲੂ ਸੁੱਟਦੇ ਹੈ। 3 ਕਿਲੋ ਆਲੂ ਆਉਂਦੇ 2.5 ਕਿਲੋ ਚਿਪਸ ਕਿੰਜ ਬੰਦੀ ਹੈ। ਬਿਸਮਿਲ੍ਲਾਹਿਰਰਹਮਾਨਿਰਰਹੀਮ ਜੀ, ਅਸਲਾਮ ਅਲੈਕੁਮ ਗਾਇਜ਼, ਕੀ ਹਾਲ ਹੈ? ਉਮੀਦ ਕਰਦਾ ਹਾਂ ਕਿ ਆਪ ਲੋਕ ਖੈਰੀਅਤ ਹੋਣਗੇ। ਤਾਂ ਚੱਲੇ ਗਾਇਜ਼, ਅੱਜ ਕਾ ਵਲੋਗ ਕਰਤੇ ਹੈ ਸ਼ੁਰੂ। ਤੋ ਗਾਇਜ਼, ਅੱਜ ਮਾਸ਼ਾਅੱਲਾ ਬਹੁਤ ਹੀ ਪਿਆਰਾ ਮੌਸਮ ਹੈ, ਸਵੇਰ ਦੀ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ। ਤੋ ਅਭੀ ਹਮ ਬਣਾਉਣੇ ਲੱਗੇ ਹਾਂ ਚਿਪਸ। ਤੋ ਵੈਲਕਮ ਹੋ ਗਿਆ ਆਪ ਸਭ ਕਾ ਇਸ ਬ੍ਰਾਂਡ ਨਿਊ ਵਲੌਗ ਮੇਂ। ਤਾਂ ਅਗਰ ਅਭੀ ਤੱਕ ਆਪਨੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀ ਹੋਆ ਤੋ ਸਭ ਸੇ ਪਹਿਲੇ ਚੈਨਲ ਕੋ ਸਬਸਕ੍ਰਾਈਬ ਕਰਕੇ ਬੈਲ ਆਇਕਨ ਕੋ ਦਬਾ ਦਿਓ ਤਾਂ ਕਿ ਮੇਰੀ ਹਰ ਆਉਣੇ ਵਾਲੀ ਵੀਡੀਓ ਆਪ ਤੱਕ ਪਹੁੰਚ ਸਕੇ। ਤੋ ਚੱਲੇ ਫਿਰ ਚੱਲੇ, ਅਭੀ ਹਮ ਬਣਾਏਂਗੇ ਚਿਪਸ ਔਰ ਚਿਪਸ ਕੇ ਸਾਥ ਇੰਜੋਏ ਕਰੇਂਗੇ ਬਾਰਿਸ਼ ਵਾਲਾ ਮੌਸਮ। ਗਾਇਜ਼, ਅਭੀ ਇਹ ਚੈੱਕ ਕਰੇ, ਸਾਰਾ ਰਾਸਤਾ ਜੋ ਹੈ ਰੰਗੀਲਾ ਹੋ ਗਿਆ, ਚਿੱਕੜ ਹੋ ਗਿਆ ਯਹਾਂ ਪੇ। ਤੋ ਯਹਾਂ ਸੇ ਅਭੀ ਹਮਨੇ ਜਾਣਾ ਘਰ, ਘਰ ਜਾ ਕੇ ਆਲੂ ਛਿਲਨੇ ਆ। ਆਲੂ ਛਿਲ ਕੇ ਦੁਕਾਨ ਸੇ ਆਲੂ ਲੈ ਆਏ ਹੋ? ਦੁਕਾਨ ਸੇ ਆਲੂ ਲੈ ਆਏ ਹਾਂ। ਤੋ ਅਭੀ ਹਮਨੇ ਜਾ ਕੇ ਆਲੂ ਛਿਲਨੇ ਆ, ਕਾਟ ਰਹੇ ਹਾਂ। ਉਸਕੇ ਬਾਅਦ ਜੋ ਹੈ ਚਿਪਸ ਬਣਾਉਣੀ ਹੈ। ਪਹਿਲੇ ਹਮ ਸੋਚ ਰਹੇ ਥੇ ਪਕੌੜੇ ਬਣਾਤੇ ਹੈ, ਫਿਰ ਹਮਨੇ ਸੋਚਾ ਪਕੌੜੋਂ ਮੇਂ ਬਹੁਤ ਜ਼ਿਆਦਾ ਮਿਹਨਤ ਕਰਨੇ ਪੜਤੇ ਆ। ਤੋ ਅਭੀ ਹਮ ਸੇ ਚਿਪਸ ਬਣਾ ਲੈਂਦੇ ਹਾਂ, ਸਹੀ ਹੈ ਨਾ? ਦਰਦ ਪੈ ਜਾਂਦੇ ਆ, ਪਕੌੜੇ ਨਿਕਲਦਾ। ਬਾਈ ਦੇ ਆਲੂ ਅਸੀਂ ਦਾਪੜੇ 'ਚ ਪਾ ਦਿੱਤੇ ਨੇ, ਹੁਣ ਆਲੂ ਧੋਣੇ ਨੇ ਅਸੀਂ। ਚੱਲ ਧੋ ਇਹਨਾਂ ਨੂੰ। ਆਲੂ ਧੋ ਲੀਏ, ਅਭੀ ਹਮ ਜੋ ਚਲਤੇ ਹੈ ਜਾ ਚਿਪਸ ਨਿਕਾਲਤੇ ਹੈ। ਇਸਕੋ ਅਭੀ ਹਮਨੇ ਪਹਿਲੇ ਕਾਟਨਾ ਵੀ ਹੈ। ਤੋ ਗਾਇਜ਼, ਅਭੀ ਆਪਣੇ ਜਵਾਨੋਂ ਨੇ ਆਲੂ ਕਾਟ ਦੀਆਂ, ਇਹ ਚੱਕ ਰਹੇ ਆਲੂ ਕਾਟਨੇ ਦਾ ਤਰੀਕਾ। ਆਲੂ ਖਰਾਬ ਕਰੀ ਜਾਂਦਾ ਪਿਆ ਹੈ, ਇੱਕ ਅੱਧਾ ਹੋ ਜਾਂਦਾ, ਕੋਈ ਨੀ ਗੱਲ। ਵਾਧੂ ਆਲੂ ਕੱਟੇ ਨੇ, ਵਾਧੂ ਚਿਪਸ ਬਣਨੀ ਆ, ਠੀਕ ਹੈ ਨਾ? ਕਿਉਂ ਬਈ, ਇਹ ਜਾ ਕਾਟੋ ਆਲੂ, ਕੋਈ ਆਲੂ ਰਹਿ ਤਾਂ ਨੀ ਗਿਆ। ਤੇ ਇਹ ਵੇਖੋ, ਇਹ ਬਹੁਤੇ ਵੱਡੇ ਵੱਡੇ ਤੁਸੀਂ ਕੱਟ ਦਿੱਤੇ ਨੇ, ਇਹਨਾਂ ਛੋਟੇ ਕਰੋ। ਤੇ ਇੱਕ ਵਾਰੀ ਆਲੂ ਧੋਣੇ ਵੀ ਨੇ, ਠੀਕ ਹੈ ਨਾ? ਯਾਰ ਉਹ ਤੇਰੇ ਹੱਥਾਂ ਦੀ ਮੈਲ ਵਿੱਚ ਗਈ ਦੇ ਦੇਵਾਂਗੇ ਤੇ ਬੁਰਾ ਜ਼ਾਇਕਾ ਬਣ, ਸਹੀ ਜ਼ਾਇਕਾ ਬਣ ਨਹੀਂ ਉਹਨਾਂ ਦਾ, ਹੈ ਨਾ? ਫਾਈਨਲੀ ਆਗ ਬਲ ਗਈ, ਰੱਖੋ ਉੱਤੇ। ਇਹ ਚੈੱਕ ਕਰੋ ਕੜਾਹੀ, ਅਸੀਂ ਪੂਰੀ ਘਿਓ ਦੀ ਪਾੜ ਕੇ ਉੱਤੇ ਰੱਖ ਦਿੱਤੀ, ਘਿਓ ਗਰਮ ਹੁੰਦਾ ਨਾ, ਫਿਰ ਇਹਦੇ ਵਿੱਚ ਪਾਣੀ ਨਾਲ ਲੂਣ। ਇਹ ਵਾਮ ਸਾਡੀ ਬੈਠੀ ਦੀ ਹੈ, ਘਿਓ ਮਾਸ਼ਾਅੱਲਾ ਸਹੀ ਗਰਮ ਹੋ ਗਿਆ ਤਾਂ ਅਭੀ ਹਮ ਆਲੂ ਸੁੱਟਦੇ ਹੈ। ਆਲੂ ਦੇ ਸਾਡੇ ਵਿੱਚ ਇਹ ਸਾਡਾ ਸ਼ੈਫ ਆ, ਬਸ ਕਾਰਡ ਬਹੁਤੇ ਨਾਲ ਸੁੱਟ। ਇਹ ਕੜਾਹੀ ਅਸੀਂ ਭਰ ਦਿੱਤੀ ਆ ਪੂਰੀ, ਸਹੀ ਹੋਏਗਾ ਤਾਂ ਕੰਮ ਕਿ ਨਹੀਂ? ਲੈਵਲ ਹੋ ਗਿਆ, ਲੈਵਲ ਠੀਕ ਹੋ ਗਿਆ। ਇੱਕ ਆਲੂ ਕੱਢਿਆ ਬਾਹਰ, ਇੱਕ ਆਲੂ ਕੱਢਿਆ, ਕੱਢੋ ਬਾਹਰ ਨੂੰ, ਚੈੱਕ ਕਰੋ ਤੁਸੀਂ ਪਹਿਲਾਂ, ਚੈੱਕ ਕਰੋ ਇਹ ਬਾਹਰ ਫਿਰ। ਇਹ ਥੋੜ੍ਹਾ ਥੋੜ੍ਹਾ ਕੱਚਾ ਹੈ, ਮੋਟਾ ਆਲੂ ਹੈ ਤੁਹਾਡੇ ਵਾਸਤੇ ਕੱਚਾ। ਤੋ ਗਾਇਜ਼, ਅਲਹਮਦੁਲਿਲਾ ਪਹਿਲਾ ਭੜਾਗਾ ਤਿਆਰ ਹੋ ਗਿਆ, ਇਹ ਨਿਕਾਲਦੇ ਹਾਂ ਬਾਹਰ। ਘਿਓ ਬੜਾ ਲਾਇਆ ਹੁੰਦਾ ਹੈ ਯਾਰ। ਗਾਈ ਦਾਦੀ ਚਿਪਸ ਹਮਨੇ ਨਿਕਾਲ ਲਿਆ, ਆਦੇ ਆਲੂ ਲੈ ਗਏ, ਚਲੇ ਜੀ ਅਗਲਾ ਪਟਾਕਾ ਆਉਣ। ਇਹ ਸਾਡਾ ਬੰਦਾ ਜਿਹੜਾ ਨਾ ਪਟਾਕੇ ਪਾਉਣ ਵਾਲਾ ਹੈ, ਉਹ ਸਕੂਨ ਨਾਲ ਕੇ ਉਹਦੀਆਂ ਸ਼ੀਟਾਂ ਪੈਂਦੀਆਂ ਵੀ ਜਾਂਦੀ। ਇਹ ਚੈੱਕ ਕਰੋ ਪੂਰਾ, ਅਸੀਂ ਕੜਾਹੀ ਭਰ ਕੇ ਸੁੱਕਣੇ ਹਾਂ। ਬਸ ਕਰ ਬਸ ਕਰ, ਆ ਗਿਆ ਬੰਦਾ ਲਾਉਣ ਵਾਲਾ, ਠੀਕ ਹੈ? ਅੱਗ ਨਹੀਂ ਬੁਝਦੀ, ਇਹ ਬੰਦਾ ਬਾਲਾ ਲਿਆਉਣ ਵਾਲਾ।
ਤੋ ਗਾਇਸ ਫਾਈਨਲੀ ਆਖਰ ਵਾਲਾ ਪਰਾਗੜ ਆ ਗਿਆ ਯੇ ਹਮ ਡਾਲਨੇ ਲੱਗੇ ਆ ਵੀ ਕਿਉਂ ਮੈਂ ਬਸ ਅਗਲਾ ਪਰਾਗੜ ਆ ਗਿਆ ਉਸ ਤੋਂ ਬਾਅਦ ਬੈਠ ਕੇ ਖਾਤੇ ਆ ਛੋੜਦੇ ਸਾਡੀ ਕਿ ਜਿੰਨੀ ਵੀ ਆਇਆ ਯੇ ਹਮਾਰੀ ਚਿਪਸ ਨਿਕਲੀ ਹੈ ਜੋ ਅਭੀ ਤੱਕ ਹਮ ਨਿਕਾਲੀ ਹੈ ਚਿਪਸ ਖਾਣੀਆਂ ਕਿੰਨੀ ਕੁ ਦੋ ਖਾਣੀਆਂ ਨੀ ਕੱਚੇ ਆਲੂ ਕਿੰਨੇ ਖਾਧੇ ਨੀ ਗਾਇਸ ਫਾਈਨਲੀ ਇਹ ਆਖਰਲਾ ਪਰਾਗੜ ਆ ਗਿਆ ਦੋ ਤਿੰਨ ਘੰਟੇ ਹੋ ਗਏ ਸੁਬਾਹ ਕੇ ਲੱਗੇ ਹੋਏ ਆ ਤੇ ਉੱਪਰ ਤੋਂ 11:30 ਘੰਟਾ ਟਾਈਮ ਹੋ ਗਿਆ ਤੇ ਅਭੀ ਤੱਕ ਹਮਾਰੀ ਚਿਪਸ ਰੈਡੀ ਨਹੀਂ ਹੋਈ ਇੱਕ ਪਰਾਗੜ ਆਇਆ ਤੇ ਹੁਣ ਭੁੱਖ ਲੱਗੀ ਦੀ ਹੈ ਤਾਂ ਅਭੀ ਸੇ ਇੰਤਜ਼ਾਰ ਹੈ ਚਿਪਸ ਨੂੰ ਖਾਣ ਲੇਗਾ ਅਭ ਨਿਕਲ ਗਿਆ ਭੁੱਖ ਲੱਗੀ ਦੀ ਆ ਹਾਂਜੀ ਲੱਗੇ ਦੀ ਤੇ ਭਰੀ ਹੈ ਯਾਰ ਖਾਣੀਆਂ ਚਿਪਸ ਹਾਂਜੀ ਹੁਣ ਰੱਜ ਲਾਏ ਖਾਣੀਆਂ ਹੁਣ ਜਾ ਲਾਣ ਨੇ ਖਾਣੀਆਂ ਆ ਭਾਈ ਖੜਾਰੋ ਬੰਦੇ ਯਾਰ ਹੁਣ ਰੋਲ ਨੇ ਆਪੇ ਨਾ ਕਹਿੰਦੇ ਨਾ ਹੁਣ ਅਸੀਂ ਚਿਪਸ ਖਾਣੀਆਂ ਖਾਣੀਆਂ ਚਿਪਸ ਹਾਂਜੀ ਖਾਵਾਂਗੇ ਖਾਣੀਆਂ ਚਿੱਲ ਪੋਣ ਨਾ ਹੁਣ ਬਣਾਈ ਆ ਜਾਣੀ ਨਹੀਂ ਹੁਣ ਇਹ ਚਿਪਸ ਖਾਣੀਆਂ ਸਹੀ ਆ ਰੱਜ ਉੱਤੇ ਤੋ ਗਾਇਸ ਫਾਈਨਲੀ ਆਪਣੀ ਚਿਪਸ ਰੈਡੀ ਹੋ ਗਈ ਤਾਂ ਅਭੀ ਹਮ ਖਾਣ ਲੱਗੇ ਹਾਂ ਬਿਸਮਿਲ੍ਲਾ ਹਾਂਜੀ ਸ਼ਾਨਦਾਰ ਮਜ਼ਾ ਆ ਰਿਹਾ ਬੜੀ ਝਾਸਾ ਆਉਂਦੀ ਹਾਂਜੀ ਅੱਜੀ ਸਾਹਿਬ ਮੈਂ ਕਹਿੰਦਾ ਕਿਆ ਪੁੱਛੀ ਨਾ ਲੈਵਲ ਹੋ ਗਿਆ ਘਰ ਬੜੀ ਝਾਸਾ ਆ ਰਿਹਾ ਮਜ਼ਾ ਆ ਗਿਆ ਤੇ ਸਾਂ ਜੀ ਚੇਲ ਹੋ ਗਿਆ ਪੂਰਾ ਚੁੱਪ ਕਰਕੇ ਤੇ ਖਾਈ ਜੋ ਚੇਲ ਹੋ ਗਿਆ ਯਾਰ ਜਦੋਂ ਇਹ ਸਕੂਨ ਨਾ ਖਾਓ ਉਧਰੋਂ ਬਾਹਰ ਦਾ ਮੌਸਮ ਹੁਣ ਬੱਦਲ ਦਾ ਯਾਰ ਬੱਦਲ ਦੇ ਵਿੱਚ ਵਹਿ ਖਾਣੀ ਚਾਹੀਦੀ ਬੱਦਲ ਹੁਣ ਆਇਆ ਇਹ ਨਹੀਂ ਬੱਦਲ ਬਾਅਦ ਚ ਆਲੂ ਕਿੰਨੇ ਹਨ ਓਏ ਤਿੰਨ ਕਿਲੋ ਚਿਪਸ ਕਿੰਨੀ ਸੀ ਓਏ ਢਾਈ ਕਿਲੋ ਸਾਡੇ ਤਿੰਨ ਕਿਲੋ ਬੰਦੀ ਬੇਸਨ ਵੀ ਪਾਇਆ ਸੀ ਵਿੱਚ ਬੋਝ ਛੱਡ ਦੋ ਬੜੀ ਮਹਿੰਗੀ ਹੈ ਯਾਰ ਯਾਰ ਤੈਨੂੰ ਵਾਈਫਾਈ ਦਾ ਕੋਡ ਲਾ ਦਿੰਦੀ ਸਾਨੂੰ ਕੁਛ ਖਾ ਲੈਂਦੇ ਪਹਿਲਾਂ ਫਾਈਨਲੀ ਚਿਪਸ ਸਾਹਮਣੇ ਬਣਾ ਕੇ ਖਾ ਲਿਆ ਬਹੁਤ ਮਜ਼ਾ ਆਇਆ ਕਿਉਂ ਬਈ ਬਸ ਬਾਰਿਸ਼ ਨੇ ਸਾਡੇ ਧੋਖਾ ਕੀਤਾ ਤੇ ਟਾਈਮ ਬਹੁਤ ਲੱਗ ਗਿਆ ਚਿਪਸ ਬਣਾਉਂਦੇ ਚਿਪਸ ਬਣਾਉਂਦੇ ਟਾਈਮ ਲੱਗਿਆ ਤੇ ਧੁੱਪ ਚੜ ਗਈ ਆ ਚਿਪਸ ਤੋਂ ਨਹੀਂ ਖਾ ਲਿਆ ਮਜ਼ੇ ਲੈਣੇ ਤੇ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਅਗਲੇ ਵਿੱਚ ਅੱਲਾ ਹਾਫਿਜ਼